ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਫਿਰ ਲੱਗਾ ਵੱਡਾ ਝਟਕਾ ਬਿਲਕੁਲ ਬਹੁਤ ਵੱਡਾ ਝਟਕਾ ਲੱਗ ਗਿਆ ਇਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਜੀ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇਕਰ ਤੁਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਹਿਮਤ ਹੋ ਵੀ ਜਿਹੜਾ ਉਹਨਾਂ ਨੇ ਝਟਕਾ ਦਿੱਤਾ ਤਾਂ ਕਮੈਂਟ ਸੈਕਸ਼ਨ ਚ ਯੈਸ ਨਹੀਂ ਤਾਂ ਨੋ ਲਿਖ ਸਕਦੇ ਹੋ ਜੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਚ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਘਰੇਲੂ ਗੈਰ ਰਿਹਾਇਸ਼ੀ ਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ ਬਿਲਕੁਲ ਤੁਸੀਂ ਠੀਕ ਸੁਣਿਆ ਜੀ ਵਾਧਾ ਕਰ ਦਿੱਤਾ ਗਿਆ ਹੈ ਬਿਜਲੀ ਦਰਾਂ ਚ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਕੁਸ਼ਮਜੀਤ ਸਿੱਧੂ ਤੇ ਮੈਂਬਰ ਐਸ ਐਸ ਸਰਨਾ ਨੇ ਅੱਜ ਤੇ ਅੰਜਲੀ ਚੰਦਰਾ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਸਾਲ 2020 ਤੇ 2021 ਲਈ ਬਿਜਲੀ ਖਪਤਕਰਾਂ ਦੀਆਂ ਦਰਾਂ ਤੈਅ ਕਰਨ ਵਾਸਤੇ ਧਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ 1 ਜੂਨ ਨੂੰ ਸੁਣਾਏ ਗਏ ਫੈਸਲੇ ਦੀ ਜਾਣਕਾਰੀ ਜਨਤਕ ਕੀਤੀ ਗਈ ਆ ਇਹ ਦਰਾਂ ਜੂਨ 1 ਜੂਨ 2020 ਤੋਂ 31 ਮਾਰਚ 2021 ਤੱਕ ਲਾਗੂ ਰਹਿਣਗੀਆਂ ਜੀ ਜਾਰੀ ਹੁਕਮਾਂ ਦੇ ਮੁਤਾਬਕ करे लूक हप्तकारां की दी 2 किलोवाट लोड ਤੱਕ ਪਹਿਲੀ ਜੁਨਟ ਪਹਿਲੀਆਂ 100 ਜੁਨਟ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦਕਿ 101 ਤੋਂ 303 ਦਰਾਂ ਜਿਹੜੀਆਂ ਜੁਨਟਾਂ ਵਾਸਤੇ ਦਰਾਂ 'ਚ ਕੁਝ ਕਟੌਤੀ ਕੀਤੀ ਗਈ ਹੁਣ ਇਹ 6 ਰੁਪਏ 59 ਰੁਪਏ ਦੀ ਥਾਂ ਤੇ 6 ਰੁਪਏ 34 ਪੈਸੇ ਜਿਹੜੇ ਪ੍ਰਤੀ ਜੁਨਟ ਹੋਵੇਗੀ 300 ਤੋਂ ਵੱਧ ਜੁਨਟਾਂ ਤੇ ਬਿਜਲੀ ਦੀ ਦਰਾਂ ਜੀ ਉਹ 7 ਰੁਪਏ 20 ਪੈਸੇ ਤੋਂ ਵਧਾ ਕੇ 7 ਰੁਪਏ 30 ਪੈਸੇ ਕਰ ਦਿੱਤੀ ਹੈ ਜੀ ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਤੱਕ 100 ਤੋਂ 500 ਜਾਂ ਇਸ ਤੋਂ ਵੱਧ ਜੁੰਟਾਂ ਤੇ ਬਿਜਲੀ ਖਪਤ ਦੀ ਫਿਕਸ ਚਾਰਜਰ ਜਿਹੜੇ ਕਿ 45 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਤੋਂ ਵਧਾ ਕੇ 60 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ 300 ਤੋਂ 500 ਜੁੰਟਾਂ ਤੱਕ ਬਿਜਲੀ ਖਪਤ ਕਰਨ ਵਾਲਿਆਂ ਨੂੰ ਹੁਣ ਦਰ 7.20 ਰੁਪਏ ਦੀ ਥਾਂ ਤੇ 7.30 ਰੁਪਏ ਪ੍ਰਤੀ ਜੁਨਟ ਦੇਣੇ ਹੋਣਗੇ ਜੀ 500 ਵੱਧ ਜੁਨਟਾ ਖਪਤ ਕਰਨ ਵਾਲਿਆਂ ਨੂੰ 7 ਰੁਪਏ 40 ਤੋਂ ਕਟਾ ਕੇ 7 ਰੁਪਏ 30 ਕਰ ਦਿੱਤੀ ਗਈ ਹੈ 7 ਕਿਲੋਵਾਟ ਤੋਂ 50 ਕਿਲੋਵਾਟ ਦੇ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਦੀ 1 ਤੋਂ 500 ਜੁਨਟ ਜਾਂ ਵੱਧ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਲਈ ਮਹੀਨੇਵਾਰ ਫਿਕਸ ਚਾਰजेस 50 ਤੋਂ ਵਧਾ ਕੇ 75 ਰੁਪਏ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ 100 ਜੁਨਟ ਖਪਤ ਕਰਨ ਵਾਲਿਆਂ ਦੀ ਦਰ 4 ਰੁਪਏ 99 ਤੋਂ ਘਟਾ ਕੇ 4 ਰੁਪਏ 59 ਪੈਸੇ ਕਰ ਦਿੱਤੀ ਗਈ ਹੈ ਸੋ 100 ਤੋਂ 300 ਜੁਨਟਾਂ ਦੀ ਦਰ 6 ਰੁਪਏ 59 ਪੈਸੇ ਤੋਂ ਘਟਾ ਕੇ 6 ਰੁਪਏ 34 ਪੈਸੇ ਕਰ ਦਿੱਤੀ ਜਦਕਿ 300 ਤੋਂ 500 ਤੱਕ ਲਈ 7.20 ਰੁਪਇਆ ਤੋਂ ਵਧਾ ਕੇ 7 ਰੁਪਏ 30 ਪੈਸੇ ਕਰ ਦਿੱਤੀ ਜਦ ਕਿ 500 ਤੋਂ ਵੱਧ ਲਈ 7 ਰੁਪਏ 41 ਪੈਸੇ ਤੋਂ ਘਟਾ ਕੇ 7 ਰੁਪਏ 30 ਪੈਸੇ ਕਰ ਦਿੱਤੀ ਆ ਪੰਜਾਬ ਤੋਂ 100 ਕੇਵੀ ਲੋਡ ਵਾਲੇ ਖਪਤਕਾਰਾਂ ਲਈ ਫਿਕਸ ਚਾਰਜਸ ਵਧਾ ਕੇ 80 ਰੁਪਏ ਤੋਂ 100 ਰੁਪਏ ਪ੍ਰਤੀ ਕੇਵੀ ਤੇ ਪ੍ਰਤੀ ਮਹੀਨਾ ਕਰ ਦਿੱਤੇ ਗਏ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਲਈ 2000 ਕਿਲੋਵਾਟ ਤੋਂ ਵੱਧ ਲੋਡ ਦੇ ਲਈ 6 ਰੁਪਏ 6 ਪੈਸੇ ਪ੍ਰਤੀ ਕਿਲੋਵੈਟ ਤੋਂ ਵਧਾ ਕੇ 6 ਰੁਪਏ 11 ਪੈਸੇ ਪ੍ਰਤੀ ਕਿਲੋਵੈਟ ਵਾਧਾ ਕਰ ਦਿੱਤਾ ਗਿਆ ਇਸ ਤਰੀਕੇ ਗੈਰ ਰਹਾਜੀ ਸਪਲਾਈ 7 ਕਿਲੋਵੈਟ ਵਾਲੇ ਖਪਤਕਾਰਾਂ ਲਈ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਤੇ 7 ਤੋਂ 20 ਕਿਲੋਵੈਟ ਤੱਕ ਵਾਸਤੇ ਬਿਜਲੀ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ 20 ਕਿਲੋਵੈਟ ਤੋਂ 100 ਕੇਵੀ ਤੱਕ ਦਰਾਂ 'ਚ 6 ਰੁਪਏ 32 ਪੈਸੇ ਤੋਂ ਵਧਾ ਕੇ 6 ਰੁਪਏ 35 ਪੈਸੇ ਪ੍ਰਤੀ ਕੇਵੀ ਕਰ ਦਿੱਤਾ ਗਿਆ ਹੈ ਸੋ ਦੋਸਤੋ ਇਹ ਵੱਡੀ ਖਬਰ ਜਿਹੜੀ ਆ ਰਹੀ ਹੈ ਜੀ ਕਰੋਨਾ ਹਾਲਾਤਾਂ ਕਾਰਨ ਖਪਤਕਾਰਾਂ ਨੂੰ ਜਿਹੜੀ ਰਾਹਤ ਦਿੱਤੀ ਗਈ ਹੈ ਜੀ ਕਿਉਂਕਿ ਦਰਾਂ ਤਾਂ ਵਧਾ ਦਿੱਤੀਆਂ ਗਈਆਂ ਨੇ ਪਰ ਕੁਝ ਘਟਾ ਵੀ ਦਿੱਤੀਆਂ ਗਈਆਂ ਨੇ ਸੋ ਪੂਰੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਹੈ ਜੀ ਜਿਹੜਾ ਝਟਕਾ ਦਿੱਤਾ ਗਿਆ ਹੈ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਵਿਭਾਗ ਦੇ ਵੱਲੋਂ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ